21 ਅਕਤੂਬਰ ਨੂੰ ਹੋਣ ਜਾ ਰਹੀਆਂ ਜਿਮਨੀ ਚੋਨਾ ਨੂੰ ਲੈ ਕੇ ਹਰ ਵਰਕਰ ਵੱਲੋਂ ਹਰ ਅਹੁਦੇਦਾਰ ਵੱਲੋਂ ਆਪਣੇ ਆਪਣੇ ਕੈਂਡੀਡੇਟ ਲਈ ਲਈ ਆਪਣੀ ਆਪਣੀ ਪਾਰਟੀ ਦੇ ਲਈ ਚੋਣ ਪ੍ਰਚਾਰ ਕੀਤਾ ਜਾਂਦਾ ਆਪਣੇ ਆਪਣੇ ਤਰੀਕੇ ਨਾਲ ਕੀਤਾ ਜਾਂਦਾ ਕੁਝ ਅੱਗੇ ਹੋ ਕੇ ਸਪੀਚਾਂ ਦੇ ਕੇ ਕਰਦੇ ਨੇ ਕੁਝ ਹੋਰ ਤਰੀਕੇ ਨਾਲ ਕਰਦੇ ਨੇ ਕੁਝ ਇਸ ਤਰੀਕੇ ਨਾਲ ਹੁੰਦਾ ਕਿ ਆਫਿਸ ਕਿਦਾਂ ਚਲਾਉਣਾ ਸਾਰੇ ਸਿਸਟਮ ਨੂੰ ਕਿਦਾਂ ਚਲਾਉਣਾ ਅਗਰ ਗੱਲ ਕਰਦੇ ਆਂ ਫਗਵਾੜਾ ਦੇ ਵਿੱਚ ਕਾਂਗਰਸ ਕੈਂਡੀਡੇਟ ਬਲਵਿੰਦਰ ਸਿੰਘ ਢਾਲੀਵਾਲ ਦੀ ਤਾਂ ਉਹਨਾਂ ਦੇ ਇੱਕ ਇਹ ਕਹਿ ਲਓ ਕਿ ਆਫਿਸ ਨੂੰ ਚਲਾਉਣ ਲਈ ਜਾਂ ਸਾਰਾ ਪਲੈਨਿੰਗ ਕਰਨ ਦੇ ਲਈ ਇੱਕ ਅਹਿਮ ਜਿਹੜਾ ਯੋਗਦਾਨ ਹੈ ਉਹ ਨਾਮ ਹੈ ਨਰੇਸ਼ ਭਰਦਵਾਜੀ ਜੋ ਕਿ ਬਕਪਾਰ ਸੈਲ ਕਾਂਗਰਸ ਦੇ ਵਾਈਸ ਚੇਅਰਮੈਨ ਨੇ ਪੰਜਾਬ ਦੇ ਤੇ ਨਾਲ ਹੀ ਆਰਤੀ ਐਸੋਸੀਏਸ਼ਨ ਦੇ ਵੀ ਜਿਹੋ ਫਗਵਾੜਾ ਦੇ ਪ੍ਰਧਾਨ ਨੇ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਬਸਰਾ ਜੀ ਜੇ ਗੱਲ ਕਰਦੇ ਆ ਜੀ ਕਿ ਤੁਸੀਂ ਦੇਖ ਰਹੇ ਆ ਕਿੰਨੇ ਦਿਨਾਂ ਤੋਂ ਤੁਸੀਂ ਕਦੀ ਕਾਪੀ ਚੱਕ ਕੇ ਇੱਧਰ ਕਦੀ ਦੋ ਹੀ ਫੋਨ ਕਰਨ ਨੂੰ ਲੱਗੇ ਹੁੰਦੇ ਆ ਕਦੀ ਦੌੜ ਭੱਜ ਲੱਗੇ ਹੋਏ ਹਾਂ ਜਿੱਦਾਂ ਵਿਆਹ ਰੱਖਿਆ ਹੁੰਦਾ ਤੇ ਕਿੱਦਾਂ ਚੱਲ ਰਹੀ ਇੱਕ ਪੂਰੀ ਕੰਪੇਨਿੰਗ ਕੰਪੇਨਿੰਗ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਹੈ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਔਰ ਸਾਨੂੰ ਇਸ ਗੱਲ ਦਾ ਬਲ ਮਿਲਿਆ ਕਿ ਮਾਨ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਸਾਨੂੰ ਇਸ ਵਾਰ ਕੈਂਡੀਡੇਟ ਉੱਤੇ ਆ ਫਗਵਾੜ ਤੋਂ ਸਰਦਾਰ ਬਲਵਿੰਦਰ ਸਿੰਘ ਜੀ ਧਾਲੀਵਾਲ ਆਈਐਸ ਰਿਟਾਇਰਡ ਜਿਨ੍ਹਾਂ ਦੀ ਛਵੀ ਬੜੀ ਸਾਫ਼ ਸੁਥਰੀ ਹੈ ਔਰ ਕੈਪਟਨ ਸਾਹਿਬ ਨੇ ਇੱਕ ਇਹੋ ਜਿਹਾ ਕੈਂਡੀਡੇਟ ਫਗਵਾੜੇ ਨੂੰ ਦਿੱਤਾ ਜਿਹਦੇ ਨਾਲ ਕਿ ਸਮੁੱਚੀ ਕਾਂਗਰਸ ਜਿਹੜੀ ਹੈ ਇੱਕ ਪਲੇਟਫਾਰਮ ਦੇ ਉੱਪਰ ਆ ਗਈ ਹੈ ਔਰ ਇੱਕ ਪਲੇਟਫਾਰਮ ਦੇ ਉੱਪਰ ਆਉਣ ਦੇ ਨਾਲ ਸਾਰੇ ਜਿੰਨੇ ਸਾਡੇ ਵਰਕਰ ਸੀ ਮਦਾਨ ਹਲਕ ਮਦਾਨ ਸਭਾ ਹਲਕਾ ਫਗਵਾੜਾ ਦੇ ਉਹ ਇੱਕ ਮੁੱਠ ਹੋ ਕੇ ਤਨ ਮੰਨ ਦੇ ਨਾਲ ਪੂਰੇ ਜੋਸ਼ ਦੇ ਨਾਲ ਇਸ ਕੈਂਪੇਨਿੰਗ ਦੇ ਵਿੱਚ ਲੱਗੇ ਆ ਔਰ ਜੋ ਧਾਲੀਵਾਲ ਸਾਹਿਬ ਹੈ ਉਹਨਾਂ ਦਾ ਜੋ ਕੰਮ ਕਰਨ ਦਾ ਤਰੀਕਾ ਹੈ ਜਾਂ ਵਰਕਰਾਂ ਦੇ ਵਿੱਚ ਉਹਨਾਂ ਨੇ ਬੜੇ ਹੀ ਥੋੜੇ ਟਾਈਮ ਦੇ ਵਿੱਚ ਸ਼ਾਰਟ ਪੀਰੀਅਡ ਦੇ ਵਿੱਚ ਇੰਨੀ ਅੱਛੀ ਆਪਣੀ ਸ਼ੋਭੀ ਬਣਾਈ ਆ ਕਿ ਵਰਕਰ ਉਹਨਾਂ ਨੂੰ ਲੱਭਦੇ ਫਿਰਦੇ ਆ ਵੀ ਅਸੀਂ ਧਾਲੀਵਾਲ ਸਾਹਿਬ ਨੂੰ ਮਿਲਣਾ ਈਵਨ ਦੈਨ ਸਾਡੀ ਪਾਰਟੀ ਤਾਂ ਕੀ ਆਪੋਜੀਸ਼ਨ ਦੇ ਬੰਦੇ ਵੀ ਸਾਨੂੰ ਅਪਰੋਚ ਕਰ ਰਹੇ ਆ ਵੀ ਸਾਨੂੰ ਧਾਲੀਵਾਲ ਸਾਹਿਬ ਨੂੰ ਮਿਲਾਓ ਸਾਨੂੰ ਧਾਲੀਵਾਲ ਸਾਹਿਬ ਨੂੰ ਮਿਲਾਓ ਕਿਦਾਂ ਲੱਗਦਾ ਕਿ ਬਈ ਅ ਬੜੇ ਐਮਸੀ ਜਿਹੜੇ ਆ ਉਹ ਕਾਂਗਰਸ ਦੇ ਵਿੱਚ ਆਏ ਨੇ ਹੋਰ ਵੀ ਅਹੁਦੇਦਾਰ ਜਿਹੜੇ ਆ ਕਾਂਗਰਸ ਵਿਚਾਰ ਰਹੇ ਕੀ ਕਾਰਨ ਆ ਕਿ ਲੋਕ ਜਿਹੜੇ ਆ ਇਸ ਵਕਤ ਛੁਕਾ ਜਿਹੜਾ ਆ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਦਾ ਜਾਂ ਹੋਰ ਪਰਸਨਸ ਦਾ ਕਾਂਗਰਸ ਵੱਲ ਹੋ ਰਿਹਾ ਫਗਵਾੜਾ ਦੇ ਵਿੱਚ ਇਹਦੇ ਵਿੱਚ ਤਾਂ ਦੇਖੋ ਬੜਾ ਇੱਕ ਵੱਡਾ ਰੋਲ ਬਲਵਿੰਦਰ ਸਿੰਘ ਢਾਲੀਵਾਲ ਜੀ ਦਾ ਜੋ ਕੈਂਡੀਡੇਟ ਹੈ ਮੈਂ ਦੱਸਿਆ ਪਹਿਲਾਂ ਵੀ ਕਾਂਗਰਸ ਦੇ ਇਸ ਵਾਰ ਉਹਨਾਂ ਨੇ ਪਿਛਲੇ 2-3 ਮਹੀਨਿਆਂ ਦੇ ਵਿੱਚ ਇਹੋ ਜਿਹਾ ਫੋਰਵਰਡ ਦਾ ਵਿਕਾਸ ਕਰਾਇਆ ਜਿਸ ਤਰ੍ਹਾਂ ਵੀ ਕਿਸੇ ਨੇ ਕੋਈ ਉਹਨਾਂ ਨੂੰ ਮਿਲਿਆ ਔਰ ਦੱਸਿਆ ਮੇਰੀ ਆ ਕੰਪਲੇਂਟ ਆ ਮੈਨੂੰ ਆ ਪ੍ਰੋਬਲਮ ਆ ਮੇਰੀ ਏਰੀਆ ਦੀ ਮੇਰੇ ਕਿਸੇ ਵੀ ਆਪਣੇ ਜਿਸ ਵੀ ਏਰੀਆ ਦੇ ਵਿੱਚ ਉਹ ਰਹਿੰਦਾ ਹੈ ਜਾਂ ਉਹਦੀ ਕੋਈ ਪਰਸਨਲ ਜਿਹੜੀ ਜੈਨੂਇਨ ਪ੍ਰੋਬਲਮ ਆ ਉਹਨਾਂ ਨੂੰ ਦੱਸੀ ਉਹਨਾਂ ਨੇ ਉਹਦੇ ਵਿੱਚ ਕੋਈ ਲਾਰਾ ਲੱਪਾ ਨਹੀਂ ਲਾਇਆ ਉਹਨਾਂ ਨੇ ਉਸੇ ਵੇਲੇ ਮੌਕੇ ਦੇ ਉੱਪਰ ਹੀ ਅਫੀਸਰ ਸਾਹਿਬਾਨ ਨਾਲ ਗੱਲ ਕਰਕੇ ਜਿਹੜੀ ਵੀ ਉਹਨਾਂ ਦੀ ਪ੍ਰੋਬਲਮ ਸੀ ਉਸ ਨੂੰ ਸੋਲਵ ਕਰਾਇਆ ਔਰ ਦਾ ਰਿਜ਼ਲਟ ਤਤਪਰ ਤਰ ਆਇਆ ਕਿ ਲੋਕਾਂ ਨੂੰ ਜਿਸ ਤਰ੍ਹਾਂ ਇਹਨਾਂ ਦੱਸਿਆ ਜੀ ਵਿਦਿਨ 2 ਡੇ 3 ਡੇ 4 ਡੇ ਉਹ ਔਰ ਜਿਹੜੇ ਕੰਮ ਕੋਈ ਨਹੀਂ ਹੋਣ ਵਾਲੇ ਸੀ ਉਹਨਾਂ ਨੇ ਕਲੀਅਰ ਕਿਹਾ ਵੀ ਨਹੀਂ ਇਹ ਕੰਮ ਤੁਹਾਡੇ ਨਹੀਂ ਹੋ ਸਕਦੇ ਇਹਨੂੰ ਟਾਈਮ ਲੱਗਣਾ ਇਹ ਇੰਨਾ ਟਾਈਮ ਲੱਗਣਾ ਔਰ ਲੋਕਾਂ ਨੂੰ ਉਹਨਾਂ ਦੀ ਸਚਾਈ ਔਰ ਉਹਨਾਂ ਦੀ ਸ਼ਰਾਪਤ ਜੋ ਉਹਨਾਂ ਦੇ ਵਿੱਚ ਹਲੀਮੀ ਆ ਉਹ ਮੈਨੂੰ ਤਾਂ ਇਦਾਂ ਲੱਗਦਾ ਵੀ ਇਸ ਤਰ੍ਹਾਂ ਲੋਕਾਂ ਦੇ ਵਿੱਚ ਉਹ ਸ਼ਾਗ ਹੈ ਕਿ ਜਿੱਦਾਂ ਕੋਈ ਪੰਦੇ ਕੋ 20 25 ਸਾਲ ਪੁਰਾਣੇ ਫਗਵਾੜੇ ਦੇ ਲੀਡਰ ਹੁੰਦੇ ਆ ਪਹਿਲਾਂ ਮਾਨ ਸਾਹਿਬ ਜਾਂ ਸੋਢੀ ਹੁਣੇ ਅਲੱਗ-ਅਲੱਗ ਤੌਰ ਦੇ ਉੱਤੇ ਕੈਂਡੀਡੇਟ ਵੀ ਆਏ ਆ ਕਾਂਗਰਸ ਦੇ ਫਗਵਾੜਾ ਤੋਂ ਤੁਸੀਂ ਉਹਨਾਂ ਨਾਲ ਵੀ ਕੰਮ ਕੀਤਾ ਤੁਸੀਂ ਹਰੇਕ ਦੇ ਨਾਲ ਹਰੇਕ ਇਲੈਕਸ਼ਨ ਦੇ ਵਿੱਚ ਦੇਖਿਆ ਜਾਵੇ ਜਾਂ ਉਹਦਾ ਦੇਖਿਆ ਜਾਵੇ ਪਾਰਟੀ ਲਈ ਕੰਮ ਕਰਦੇ ਦਿਖਦੇ ਹੋਂ ਕੀ ਫਰਕ ਲੱਗਦਾ ਆ ਧਾਲੀワਲ ਸਾਹਿਬ ਦੀ ਇਸ ਟਾਈਮ ਕਾਰਗੁਜ਼ਾਰੀ ਤੇ ਜੋ ਪਹਿਲਾਂ ਕਾਂਗਰਸ ਦਾ ਸਿਸਟਮ ਚੱਲਦਾ ਸੀ ਇੱਕ ਥੜਾ ਖੜਾ ਹੁੰਦਾ ਸੀ ਦੂਜਾ ਥੜਾ ਲੱਤ ਖਿੱਚਦਾ ਸੀ ਜਾਂ ਬੜੀਆਂ ਲੈਗ ਪੁਲਿੰਗ ਹੁੰਦੀਆਂ ਸੀ ਹੋਰ ਬਹੁਤ ਕੁਝ ਸੀ ਇਸ ਵਾਰ ਕੀ ਅਲੱਗ ਲੱਗਦਾ ਇਹਨਾਂ ਇਸ ਵਾਰ ਸਭ ਤੋਂ ਲੱਗਦਾ ਬਸਰਾ ਜੀ ਇਹ ਆ ਵੀ ਮੈਂ ਜੋ ਪਹਿਲਾਂ ਤੁਹਾਨੂੰ ਦੱਸਿਆ ਹੈ ਮਾਨ ਜੋ ਕੈਪਟਨ ਮਿੰਦਰ ਸਿੰਘ ਜੀ ਨੇ ਸਾਨੂੰ ਕੈਂਡੀਡੇਟ ਦਿੱਤੇ ਆ ਉਹਨਾਂ ਦੇ ਆਉਣ ਦੇ ਨਾਲ ਜਿਹੜੀ ਫੁਵਾੜੇ ਦੀ ਕੰਟਰੋਵਰਸੀ ਸੀ ਜੁਵਾੜੇ ਦੀ ਜਿਹੜੀ ਗੁੱਟਬੰਦੀ ਸੀ ਉਹ ਸਾਰੀ ਬਿਲਕੁਲ ਮੈਂ ਕਹਿੰਦਾ 101% ਉਹ ਖਤਮ ਹੋ ਗਈ ਆ ਸਾਰੀ ਕਾਂਗਰਸ ਇੱਕ ਸਮੁੱਚੀ ਮਾਲਾ ਦੇ ਵਿੱਚ ਪ੍ਰੂਵ ਹੋ ਗਈ ਆ ਵਰਕਰ ਤੋਂ ਲੈ ਕੇ ਮੋ ਸਿਨੀਅਰ ਲੀਡਰ ਤੱਕ ਅੱਜ ਪਿੰਡਾਂ 'ਚ ਗਲੀਆਂ 'ਚ ਮਹੱਲਿਆਂ 'ਚ ਗਲੀ ਗਲੀ ਉਹ ਤੁਰਿਆ ਫਿਰਿਆ ਫਿਰ ਰਿਹਾ ਆ ਵੋਟਾਂ ਦੀ ਖਾਤਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਜਿਤਾਉਣ ਦੀ ਖਾਤਰ ਲੋਕਾਂ 'ਚ ਇੰਨਾ ਜਜ਼ਬਾ ਆ ਕਿ ਮੇਰਾ ਖਿਆਲ ਹੈ ਮੈਂ ਇੱਕ ਜਜਵਾ ਜਿਹੜਾ 20 22 ਸਾਲ ਤੋਂ ਬਾਅਦ ਦੇਖ ਰਿਹਾ ਇਹੋ ਜਿਹਾ ਜਿਹੜਾ ਲੋਕਾਂ ਦੇ ਵਿੱਚ ਇੱਕ ਮੰਨ ਦੇ ਸੰਕਲਪ ਆ ਗਿਆ ਵੀ ਕਾਂਗਰਸ ਨੂੰ ਅਸੀਂ ਜਿਤਾਉਣਾ ਕਿਉਂਕਿ ਮਾਨਯੋਗ ਜਿਹੜੇ ਸਾਡੇ ਮਨਿਸਟਰ ਸ਼ਾਮਸੁੰਦਰ ਰੋੜਾ ਜੀ ਦੀ ਇੱਥੇ ਡਿਊਟੀ ਲੱਗੀ ਹੈ ਵੀ ਉਹ ਸਾਡੇ ਇੰਚਾਰਜ ਹੈ ਉਹਨਾਂ ਦੀ ਜਿਹੜੀ ਕੰਮ ਕਰਨ ਦੀ ਦਿਸ਼ਾ ਸੀ ਜਾਂ ਉਹਨਾਂ ਨੇ ਧਾਲੀਵਾਲ ਸਾਹਿਬ ਦੇ ਨਾਲ ਮਿਲ ਕੇ ਆਪਣੇ ਨਾਲ ਧਾਲੀਵਾਲ ਸਾਹਿਬ ਨੂੰ ਲਾ ਕੇ ਜੋ ਸਾਰਾ ਫਗਵਾੜੇ ਦੇ ਵਿੱਚ ਸਿਸਟਮ ਡਿਵੈਲਪ ਕੀਤਾ ਜੋ ਬੜੇ ਸ਼ਾਰਟ ਪੀਰੀਅਡ ਦੇ ਵਿੱਚ ਉਹਨਾਂ ਨੇ ਇੱਥੇ ਦੀ ਜਿਹੜੀਆਂ ਡਿਵੈਲਪਮੈਂਟ ਸੀ ਜਾਂ ਇੱਥੇ ਜਿਹੜੇ ਬਹੁਤ ਸਾਰੇ ਅਧੂਰੇ ਕੰਮ ਸੀ ਜਿਦਾ ਫਾਰ ਇਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਪਿਛਲੇ 7-8 ਸਾਲ ਤੋਂ 10 ਸਾਲ ਤੋਂ ਕਹਿ ਸਕਦਾ ਬਲਕਿ ਸਾਡੇ ਇੰਡਸਟਰੀ ਏਰੀਆ ਦੇ ਵਿੱਚ ਉੱਥੇ ਬੜੀ ਵੱਡੀ ਸੀਵਰੇਜ ਦੀ ਪ੍ਰੋਬਲਮ ਸੀਗੀ ਉਹ ਇੱਕ ਦਿਨ ਮਾਨਯੋਗ ਮੰਤਰੀ ਜੀ ਤੇ ਸਾਡੇ ਕੈਂਡੀਡੇਟ ਸਾਹਿਬ ਉੱਥੇ ਗਏ ਉਹਨਾਂ ਨਾਲ ਰਸਟੀ ਏਰੀਆ ਦੇ ਜਿਹੜੇ ਵਪਾਰੀ ਭਰਾ ਸੀ ਸਾਡੇ ਉਹਨਾਂ ਦੇ ਨਾਲ ਉਹਨਾਂ ਨੇ ਉੱਥੇ ਮੀਟਿੰਗ ਕੀਤੀ ਤਾਂ ਉਹਨਾਂ ਨੇ ਆਪਣੀ ਪ੍ਰੋਬਲਮ ਉੱਥੇ ਰੱਖੀ ਤੇ ਤਾਲੀਵਾਲ ਸਾਹਿਬ ਨੇ ਉਸੇ ਵੇਲੇ ਜਿਹੜੇ ਕੰਸਰਨਡ ਅਫਸਰ ਸੀ ਉਹਨਾਂ ਨਾਲ ਗੱਲ ਕੀਤੀ ਵੇ ਔਰ ਦੂਸਰੇ ਦਿਨ ਜਦੋਂ ਅਸੀਂ ਉੱਥੇ ਗਏ ਤੇ ਉਹ ਸਾਰਾ ਜਿਹੜਾ ਸੀਵਰੇਜ ਦੀ ਬਲੌਕੇਜ ਸੀ ਉਹਨੂੰ ਖਤਮ ਕਰਨ ਤੇ ਲੱਗੇ ਸੀ ਉਹਨਾਂ ਨੇ 2 ਦਿਨ ਦਾ ਟਾਈਮ ਲਿਆ ਅਫਸਰ ਸਾਹਿਬਾਨ ਨੇ 2 ਦਿਨ ਦੇ ਵਿੱਚ ਉਹ ਜਿਹੜੀ 10 ਸਾਲ ਪੁਰਾਣੀ ਪ੍ਰੋਬਲਮ ਸੀ 2 ਦਿਨ ਦੇ ਵਿੱਚ ਉਹ ਖਤਮ ਹੋ ਗਈ ਔਰ ਸੀਵਰੇਜ ਬੜਾ ਅੱਛੇ ਤਰੀਕੇ ਨਾਲ ਚੱਲਣ ਲੱਗਾ ਆਪਾਂ ਮੇਰੇ ਸੋਮੇਰੇ ਕਹਿੰਦਾ ਇੱਕ ਐਗਜ਼ਾਮਪਲ ਦਿੱਤੀ ਤੁਹਾਨੂੰ ਇੱਕ ਵੀ ਉਹ ਜਿਹੜਾ ਵੀ ਕੰਮ ਹੈ ਉਹ ਮੈਰਿਟ ਦੇ ਆਧਾਰ ਤੇ ਔਰ ਐਸ ਸੋਨ ਅਜ ਪੋਸੀਬਲ ਉਹ ਕਰਵਾ ਰਹੇ ਆ ਔਰ ਲੋਕਾਂ ਨੂੰ ਤਾਲੀਵਾਲ ਸਾਹਿਬ ਨੂੰ ਦੱਸ ਦਿਆ ਜਦੋਂ ਤੇ ਤਾਲੀਵਾਲ ਸਾਹਿਬ ਜਦੋਂ ਉਸ ਕੰਮ ਦਾ ਰਿਜ਼ਲਟ ਦਿੰਦੇ ਆ ਹੱਥ ਤੇ ਸਿਰੋਜ ਮੰਨ ਵਾਲੀ ਗੱਲ ਹੈ ਇੱਕ ਅਹਿਮ ਇਲਜ਼ਾਮ ਲੱਗ ਰਿਹਾ ਕਾਂਗਰਸ ਦੇ ਉੱਤੇ ਅ ਕੱਲ ਸੋਮ ਪ੍ਰਕਾਸ਼ ਜੀ ਦੀ ਇੰਟਰਵਿਊ ਕੀਤੀ ਉਹਨਾਂ ਨੇ ਵੀ ਕਿਹਾ ਉਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਹੋਰ ਚੱਲ ਰਹੀਆਂ ਇੱਕ ਪੇਠਾ ਜੀ ਨੇ ਕਾਉਂਸਲਰ ਉਹਨਾਂ ਨੇ ਵੀ ਕਿਹਾ ਕਿ 10-10 ਲੱਖ ਦੇ ਵਿੱਚ ਕਾਉਂਸਲਰ ਜਿਹੜੇ ਆ ਕਾਂਗਰਸ ਵੱਲੋਂ ਖਰੀਦੇ ਜਾ ਰਹੇ ਨੇ ਕਿਸ਼ਤਾਂ ਦੇ ਵਿੱਚ ਵੀ 5 ਲੱਖ ਪਹਿਲਾਂ ਲੈ ਲਓ 5 ਲੱਖ ਬਾਅਦ ਚ ਲੈ ਲਓ ਜਾਂ ਇਦਾਂ ਦਾ ਹੋਰ ਬਹੁਤ ਕੁਝ ਚੱਲ ਰਿਹਾ ਆ ਤੁਸੀਂ ਕੀ ਕਹਿੰਦੇ ਆ ਕਿ ਇਸ ਵਿੱਚ ਕਿੰਨੀ ਕਿ ਸੱਚਾਈ ਆ ਬਿਲਕੁਲ 1% ਵੀ ਇਸ ਸੱਚਾਈ ਵਿੱਚ ਸੱਚਾਈ ਨਹੀਂ ਹੈ ਕਿਉਂਕਿ ਨਾ ਤਾਂ ਸਾਡੇ ਕੈਂਡੀਡੇਟ ਸਾਹਿਬ ਕੋ ਇੰਨਾ ਇਸਰਮਾਇਆ ਆ ਕਿਉਂਕਿ ਹੁਣੇ-ਹੁਣੇ ਉਹਨਾਂ ਤੁਹਾਨੂੰ ਪਤਾ ਵੀ ਰਜਾਇਨ ਕੀਤਾ ਆਪਣੀ ਪੋਸਟ ਤੋਂ ਉਹ ਆਪਣਾ ਵੀ ਜਿਹੜਾ ਉਹ ਇਦਾਂ 5-5 10 ਦਾ 20-20 ਲੱਖ ਰੁਪਇਆ ਵੰਡ ਕੇ ਕੋਈ ਦੂਸਰੇ ਪਾਰਟੀਆਂ ਦੇ ਕੈਂਡੀਡੇਟਸ ਜਿਹੜੇ ਆ ਉਹ ਆਪਣੇ ਲੈ ਗਏ ਇਹ ਭਾਜਪਾ ਦੀ ਫਿਲਾਸਫੀ ਆ ਸਾਰੇ ਹਿੰਦੁਸਤਾਨ 'ਚ ਆਪਾਂ ਦੇਖ ਰਹੇ ਆ ਵੀ ਉਹ ਜਿਹੜੇ ਆਪੋਜੀਸ਼ਨਸ ਦੇ ਹੈਗੇ ਆ ਲੀਡਰ ਸਾਹਿਬਾਨ ਉਹਨਾਂ ਨੂੰ ਕਿਸ ਤਰ੍ਹਾਂ ਡਰਾ ਧਮਕਾ ਕੇ ਜਾਂ ਪੈਸੇ ਦੇ ਜ਼ੋਰ ਦੇ ਨਾਲ ਉਹ ਇਹੋ ਜਿਹੀ ਕਨਵਰਸੇਸ਼ਨ ਕਰ ਰਹੇ ਆ ਤੇ ਮੈਂ ਮੰਤਰੀ ਜੀ ਦੀ ਗੱਲ ਕਰਦਾ ਸੋਮ ਪ੍ਰਕਾਸ਼ ਜੀ ਦੀ ਇਹਨਾਂ ਦਾ ਤੇ ਇੱਕ ਰਸੂਲ ਹੈ ਹਰ ਇਲੈਕਸ਼ਨ ਦੇ ਵਿੱਚ ਚਾਹੇ ਛੋਟਾ ਇਲੈਕਸ਼ਨ ਹੋਵੇ ਚਾਹੇ ਵੱਡਾ ਹੋਵੇ ਤੇ ਜਦੋਂ ਇਹ ਹਰਦੇ ਹੋਣ ਇਹਨਾਂ ਨੂੰ ਦਿਸਦਾ ਹੋਵੇ ਮੈਂ ਬੀਟ ਹੋ ਰਿਹਾ ਤੇ ਕੋਈ ਨਾ ਕੋਈ ਪੈਸੇ ਦਾ ਇਲਜ਼ਾਮ ਜ਼ਰੂਰ ਮੜਦੇ ਆ ਕੋਈ ਪਿਛਲਾ ਇਤਿਹਾਸ ਕੱਢ ਕੇ ਦੇਖ ਲਓ ਤੇ ਸਾਡਾ ਇਹੋ ਜਿਹਾ ਨਾ ਕੋਈ ਕੰਮ ਹੈ ਨਾ ਸਾਡੇ ਕੋਈ ਇਹਨੇ ਪੈਸੇ ਆ ਸਾਡੇ ਤਾਂ ਕੈਂਡੀਡੇਟ ਦੀ ਸ਼ਬੀ ਇਹ ਨਹੀਂ ਸਾਫ਼ ਸੁਥਰੀ ਆ ਕਾਂਗਰਸ ਦੇ ਵਰਕਰ ਤਾਂ ਕੀ ਭਾਜੀਪੀ ਦੇ ਐਮਸੀ ਸਹਿਵਾਨ ਖੁਦ ਮੰਤਰੀ ਜੀ ਨੂੰ ਜਾ ਕੇ ਮਿਲਦੇ ਆ ਖੁਦ ਇਹਨਾਂ ਕੋ ਆਉਂਦੇ ਆ ਵੀ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਆ ਕਿਉਂ ਉਹ ਕਿਉਂ ਰਲਣਾ ਚਾਹੁੰਦੇ ਆ ਸੋਮ ਪ੍ਰਕਾਸ਼ ਜੀ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਆ ਆਪਾਂ ਨੂੰ ਪਤਾ ਪਿਛਲੇ 7-8 ਜਿਹੜੇ ਐਮਸੀ ਹੈਗੇ ਆ ਪਿਛਲੇ 10 ਸਾਲ ਤੋਂ ਇਹਨਾਂ ਦੇ ਅਗੇਸ ਚੱਲਦੇ ਆ ਰਹੇ ਆ ਲੇਕਿਨ ਇਹ ਆ ਵੀ ਐਸੇ ਵੇ ਲੋਨ ਨੂੰ ਬੜਾ ਅੱਛਾ ਪਲੇਟਫਾਰਮ ਮਿਲਿਆ ਕਾਂਗਰਸ ਦਾ ਢਾਲੀਵਾਲ ਸਾਹਿਬ ਦੀਆਂ ਨੀਤੀਆਂ ਉਹਨਾਂ ਨੂੰ ਬੜੀਆ ਪਸੰਦ ਆਈਆਂ ਤੇ ਉਹ ਆਪਣੀ ਪਾਰਟੀ ਨੂੰ ਛੱਡ ਕੇ ਸਾਡੇ ਵਿੱਚ ਸ਼ਾਮਲ ਹੋਏ ਆ ਇਦੇ ਵਿੱਚ ਕੋਈ ਪੈਸੇ ਵਾਲੀ ਗੱਲ ਨਹੀਂ ਨਾ ਸਾਡੇ ਕੋਲ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਣਾ ਨਾ ਸਾਡੇ ਕੈਂਡੀਡੇਟ ਸਹਿਬਾਨ ਕੋਈ ਨਾ ਪੈਹਾ ਨਾ ਹੀ ਸਾਡੇ ਨੂੰ ਇਦਾਂ ਦੀ ਕੋਈ ਜ਼ਰੂਰਤ ਹੈ ਔਰ ਇਸ ਦੇ ਨਾਲ ਮੈਂ ਇਹ ਗੱਲ ਕਰਨੀ ਚਾਹੁੰਦਾ ਸਪੈਸ਼ਲ ਤੌਰ ਤੇ 2005 ਤੋਂ ਲੈ ਕੇ 2019 ਹੁਣ ਹੋ ਗਿਆ ਧਾਲੀਵਾਲ ਸਾਹਿਬ ਫਗਵਾੜੇ ਦੇ ਵਿੱਚ ਰਹਿ ਰਹਿ ਰਿਹਾ ਇੱਥੇ ਐਜੇ ਐਸਜੀਐਮਸੀ ਅੱਜ ਉਹਨਾਂ ਨੇ ਐਜੇ ਡਾਇਰੈਕਟਰ ਰਿਜਾਇਨ ਕੀਤਾ ਉਸ ਤੋਂ ਲੈ 19-20 ਸਾਲ ਦੀ ਇਹ ਤਾਂ ਫਗਵਾੜੇ ਦੀ ਕਾਰਗੁਜ਼ਾਰੀ ਹੈ ਉਸ ਤੋਂ ਪਹਿਲਾਂ ਸultanpur ਜਾਂ ਹੋਰ ਬੱਕ ਬੱਕ ਰਿਹਾ ਜਰਾਇਆ ਅੱਜ ਤੱਕ ਧਾਲੀਵਾਲ ਸਾਹਿਬ ਦੇ ਉੱਪਰ ਕੋਈ ਇੱਕ ਪੈਸੇ ਦਾ ਵੀ ਇਲਜ਼ਾਮ ਦੱਸ ਦੇਵੇ ਵੀ ਆਪਣੀ ਉਹਨਾਂ ਦੀ ਜੌਬ ਦੇ ਟਾਈਮ ਆਪਣੀ ਉਹਨਾਂ ਦੀ ਸਰਵਿਸ ਦੇ ਟਾਈਮ ਕਿਸੇ ਕਿਸਮ ਦਾ ਵੀ ਉਹਨਾਂ ਦੇ ਪੈਸੇ ਦਾ ਤਾਂ ਕੀ ਮਿਸਮੈਨੇਜਮੈਂਟ ਦਾ ਵੀ ਕੋਈ ਇਲਜ਼ਾਮ ਲੱਗਾ ਹੋਵੇ ਤਾਂ ਅਸੀਂ ਉਸ ਗੱਲ ਦੇ ਜਵਾਬ ਦੇ ਹਾਂ ਗੁਨਾਹਗਰ ਹਾਂ ਕੀ ਲੱਗਦਾ ਕਿੰਨੇ ਕੁ ਮਾਰਜਨ ਦੇ ਨਾਲ ਸੀਟ ਜਿੱਤਣ ਜਾ ਰਹੇ ਹਾਂ ਮਾਰਜਨ ਦੀ ਜਿਹੜੀ ਗੱਲ ਹੈ ਜੀ ਉਹ ਤਾਂ 24 ਤਰੀਕ ਨੂੰ ਪਤਾ ਲੱਗੇਗੀ ਪਰ ਮੈਂ ਇਸ ਗੱਲ ਦੀ ਤੁਹਾਨੂੰ ਇੰਸ਼ੋਰੈਂਸ ਦਿੰਨਾ ਕਿ ਜਿਹੜਾ ਇਹ ਫੁਵਾੜਾ ਕਾਂਗਰਸ ਕਿਸੇ ਵੇਲੇ ਕਿਹਾ ਜਾਂਦਾ ਸੀ ਬੇ ਫੁਵਾੜੇ ਦੀ ਸੀਟ ਹੈ ਇਸ ਬਾਈ ਇਲੈਕਸ਼ਨ ਤੋਂ ਬਾਅਦ ਮੋੜੇ ਦੁਆਰਾ ਫਗਵਾੜੇ ਦੀ ਕਾਂਗਰਸ ਦੀ ਸੀਟ ਫਗਵਾੜਾ ਸੀਟ ਉਹ ਪੱਕੀ ਸੀਟ ਹੋ ਜਾਏਗੀ ਜੋ ਅਜ ਤੋ 15 ਸਾਲ ਜਾਂ 18 ਸਾਲ ਪਹਿਲਾਂ ਹੁੰਦੀ ਸੀ ਮਾਰਜਨ ਬੜਾ ਅੱਛਾ ਮਾਰਜਨ ਆਏਗਾ ਔਰ 24 ਤਰੀਕ ਦੀ ਗਿਣਤੀ ਤੋਂ ਬਾਅਦ ਤੁਹਾਨੂੰ ਇਹ ਸਾਰਾ ਪਤਾ ਲੱਗ ਜਾਏਗਾ ਔਰ ਜਿਹੜੇ ਝੂਠੇ ਇਲਜ਼ਾਮ ਭਾਜਪਾ ਵਾਲੇ ਲਾਰਾ ਆ ਉਹਦਾ ਵੀ ਸਾਰਾ ਪਰਦਾ ਛਾਫ ਹੋ ਜਾਏਗਾ ਇਸਨ ਨਰੇਸ਼ ਭਰਦਵਾ ਜੀ ਜੋ ਕਿ ਬਹੁਤ ਜ਼ਿਆਦਾ ਕੌਨਫिडेंट ਨੇ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਇਹ ਫਗਵਾੜਾ ਦੀ ਸੀਟ ਨੂੰ ਚਿਤਨਗੇ ਕੈਮਰਾਮੈਨ ਨੀਰੇਜ ਦੇ ਨਾਲ ਐਚਐਸ ਬਸਰਾ ਫਗਵਾੜਾ